ਅੱਛਾ ਡਾਕਟਰ ਸਾਹਿਬ, ਤੁਸੀਂ ਬਹੁਤ ਸੋਹਣੀ ਗੱਲ ਕੀਤੀ ਤੇ ਪੰਜਾਬੀਆਂ ਲਈ ਸ਼ਾਇਦ ਲਾਹੇਵੰਦ ਹੋਵੇ ਜੇ ਕੋਈ ਅਮਲ ਕਰਦਾ ਤਾਂ। ਲਾਸਟ ਗੱਲ ਇਹ ਹੈ ਕਿ SGPC ਚੋਣਾਂ ਦੇ ਲੜਨ ਦੇ ਇੱਛੁਕ ਹੋ, ਤੁਸੀਂ ਉਹਦੇ ਵਿੱਚ ਪਾਰਟਿਸਪੇਟ ਕਰਨ ਦੇ ਇੱਛੁਕ ਹੋ ਤੇ ਪੋਲਿਟਿਕਸ ਦੇ ਵਿੱਚ ਵੀ, ਤੇ ਇਹ ਹਮੇਸ਼ਾ ਅੱਜ ਕੱਲ੍ਹ ਜਿਹੜੀ ਨਵੀਂ ਗੱਲ ਚੱਲੀ ਹੈ, ਕਹਿੰਦੇ ਵੀ ਪੋਲਿਟਿਕਸ ਤੇ ਧਰਮ ਇਕੱਠੇ ਇਕੱਠੇ ਚੱਲ ਕੇ ਕਹਿੰਦੇ ਨੁਕਸਾਨ ਕਰਿਆ, ਤੇ ਤੁਸੀਂ ਵੀ ਦੋਵੇਂ ਚੀਜ਼ਾਂ ਇਕੱਠੀਆਂ ਚਲਾਉਣ ਦੇ ਰਾਹ ਤੇ ਤੁਰੇ ਹੋਏ ਹੋ, ਤਾਂ ਇਹ ਇਸ ਬਾਰੇ ਕੀ ਕਹੋਗੇ? ਦੇਖੋ, ਇਹ ਗੱਲ ਤੁਹਾਡੀ ਠੀਕ ਹੈ ਕਿ ਪੋਲਿਟਿਕਸ ਐਂਡ ਰਿਲੀਜਨ ਜਿਹੜੇ ਆ ਇਹ ਇਕੱਠੇ ਨਹੀਂ ਹੋਣੇ ਚਾਹੀਦੇ, ਪਰ ਉਹ ਸਾਡੇ ਜਿਹੜੇ ਪੁਰਾਣੇ ਪੰਥਕ ਅਕਾਲੀ ਦਲ ਵਗੈਰਾ ਨੇ, ਉਹ ਮੀਰੀ ਪੀਰੀ ਦੀ ਗੱਲ ਕਰਦੇ ਨੇ ਅਤੇ ਉਹ ਜੁਆਇੰਟਲੀ ਇਹਨੂੰ ਲੈ ਕੇ ਚੱਲਦੇ ਨੇ, ਪਰ ਜਿਹੜੀ ਸਾਡੀ ਸੋਚ ਆ ਉਹ ਜਿਹੜੀ ਪੋਲੀਟੀਕਲ ਧਰਮ ਦੇ ਨਾਲ ਰਿਲੇਟਡ ਦੀ ਗੱਲ ਹੈ, ਉਹ ਸਿਰਫ SGPC ਤੱਕ ਸੀਮਿਤ ਹੈ, ਉਸ ਤੋਂ ਅੱਗੇ ਨਹੀਂ ਹੈ ਸਾਡਾ ਕੋਈ ਇੱਦਾਂ ਦਾ। ਅਸੀਂ ਇਹਨੂੰ ਸੋਸ਼ਲ ਕੌਜ਼ ਲਈ ਲੜ ਰਹੇ ਹਾਂ, ਅਸੀਂ ਮੈਡੀਕਲ ਕੈਂਪ ਲਾਉਂਦੇ ਹਾਂ, ਅਸੀਂ ਗਰੀਬਾਂ ਦੀਆਂ ਕੁੜੀਆਂ ਦੇ ਵਿਆਹ ਵੀ ਕਰਦੇ ਹਾਂ, ਅਸੀਂ ਹਰ ਤਰ੍ਹਾਂ ਦੇ ਸੋਸ਼ਲ ਐਕਟੀਵਿਟੀਜ਼ 'ਚ ਇਨਵੋਲਵਡ ਹਾਂ। ਅਸੀਂ ਆਪਣੇ ਆਪ ਨੂੰ ਪੋਲੀਟੀਕਲ ਐਜ਼ ਏ ਪੋਲੀਟੀਸ਼ੀਅਨ ਪ੍ਰੋਜੈਕਟ ਵੀ ਬਹੁਤ ਘੱਟ ਕਰੀਦਾ, ਐਜ਼ ਏ ਡਾਕਟਰ, ਐਜ਼ ਏ ਸੋਸ਼ਲ ਵਰਕਰ, ਐਜ਼ ਏ ਹਿਊਮਨ ਰਾਈਟ ਐਕਟੀਵਿਸਟ ਵੀ ਮੈਂ ਆਪਣੇ ਆਪ ਨੂੰ ਪ੍ਰੋਜੈਕਟ ਕਰਦਾ ਜਿੱਥੇ ਵੀ ਹੈ। ਜੀ ਡਾਕਟਰ ਸਾਹਿਬ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਇਹ ਸਨ ਸਾਡੇ ਨਾਲ ਪਰਮਜੀਤ ਸਿੰਘ ਰਾਣੋ, ਜਿਨ੍ਹਾਂ ਨੇ ਪੰਜਾਬ ਦੇ ਅਹਿਮ ਮੁੱਦਿਆਂ 'ਤੇ ਆਪਣੇ ਵਿਚਾਰ ਰੱਖੇ ਨੇ। ਤੁਹਾਨੂੰ ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਲੱਗੇ ਨੇ, ਆਪਣੀ ਰਾਏ ਹੈ ਜਿਹੜੀ ਉਹ ਜ਼ਰੂਰ ਕਮੈਂਟ ਕਰਕੇ ਸਾਂਝੀ ਕਰਨਾ।